मैं तो 44 साल का एको जमात चा, तुम कि ना ले लिया जो ना लिया 5 साल पहले तो कांग्रेस में से पहले जिस बंदे का नाम लीए छोटे वीर पहले उस बंदे का किरदार तो वेख लीए साढ़े तो एलीगेशन ता कोई लाए जो असी एक भी पार्टी बदली हुए जिन्हें तुसी गल कर दो तो 6वीं जमात 6 बार पार्टियां बदल चुके ने 5 साल पहले यही जिस धालीवाल की तुसी जिक्र करते हो ये बीबी भट्टल ने मेरी सिफारिश से इनू एस एस बोर्ड का मैंबर लाया तो जे साडा ही एक चेला अज के दिन अपने जिन्हों किसी टाइम लीडर मानता सी या वड्डा भाई मानता सी उहदे ते अज इहो जे बेहूदा एलीगेशन लाए जिहदी अपना कोई किरदार ही ना होए अपनी कोई जमात ही ना होए तो ये शोभा नहीं दिंदियां एलीगेशन उहदे ते लाई दे एलीगेशन उहदे ते लाओ जिहड़ा कई पार्टियां बदल चुका जिहड़ा स्थिर रहा होए 4 मुख्यमंत्रियों नाल मैं कैबिनेट का मिनिस्टर रह चुकिया लोग सभा च मैं रह चुकिया राज्य सभा च मैं रह चुकिया पार्टी का अध्यक्ष मैं रह चुकिया ये कुलदीप धालीवाल को ਇਹਦੇ ਕੋਲ ਮੈਨੂੰ ਸਰਟੀਫਿਕੇਟ ਲੈਣ ਦੀ ਲੋੜ ਤੁਸੀਂ ਕਿ ਚੰਗੇ ਬੰਦੇ ਦਾ ਨਾਂ ਲੈਣਾ ਸੀ ਜੇ ਇੰਟਰਵਿਊ 'ਚ ਲੈਣਾ ਸੀ ਭਗਵੰਤ ਸਿੰਘ ਮਾਨ ਵੀ ਕਹਿ ਗਿਆ ਛੱਡੋ ਇਹ ਕਿਹੜੇ ਬੰਦਿਆਂ 'ਚੋਂ ਹੈ ਭਗਵੰਤ ਸਿੰਘ ਮਾਨ ਜੀ 4 ਪਾਰਟੀਆਂ ਦੇ ਭਗਵੰਤ ਮਾਨ ਨੇ ਆਪ ਬਦਲੀਆਂ ਨੇ ਕਿਹੜੀ ਪਾਰਟੀ ਪਹਿਲੇ ਅਕਾਲੀ ਦਲ 'ਚ ਹੁੰਦਾ ਸੀ ਫਿਰ ਇਹ ਰਾਮੂ ਵਾਲੀਏ ਨਾਲ ਆਇਆ ਲੋਕ ਭਲਾਈ 'ਚ ਫਿਰ ਇਹ ਗਿਆ ਮਨਪ੍ਰੀਤ ਸਿੰਘ ਬਾਦਲ ਨਾਲ ਫਿਰ ਇਹ ਆਇਆ ਆਪ ਦੇ ਵਿੱਚ ਤੁਸੀਂ ਕਿਹਦੀ ਗੱਲ ਕਰਦੇ ਹੋ ਆਪਾਂ ਗੱਲ ਉਸ ਬੰਦੇ ਦੀ ਕਰੋ ਜਿਹੜੇ ਬੰਦੇ ਦਾ ਆਪਣਾ ਕਿਰਦਾਰ ਕੋਈ ਚੰਗਾ ਕੌਣ ਬੰਦਾ ਤੁਹਾਡੇ ਤੁਹਾਡੇ 'ਤੇ ਐਲੀਗੇਸ਼ਨ ਲਾਉਣ ਤੋਂ ਪਹਿਲੇ ਜਦੋਂ ਇੱਕ ਉਂਗਲ ਸਾਹਮਣੇ ਕਰਦੇ ਹੋ 4 ਤੁਹਾਡੇ ਵੱਲ ਹੁੰਦੀ ਭਗਵੰਤ ਸਿੰਘ ਮਾਨ ਜਾਂ ਜਿਹੜਾ ਜਿਹਦਾ ਨਾਂ ਲਿਆ ਜੇ ਇਸ ਇਹਨਾਂ ਬੰਦਿਆਂ ਦਾ ਕੋਈ ਕਿਰਦਾਰ ਹੈ ਇਹ ਤਾਂ ਗਲਤੀ ਨਾਲ ਬਣੇ ਨੇ ਵਨ ਟਾਈਮ ਵੰਡਰ ਇੱਕ ਵਾਰ ਗਲਤੀ ਪੰਜਾਬ ਨੇ ਕਰਨੀ ਸੀ ਕਰ ਲਈ ਇਸ ਤੋਂ ਗਾਂਹ ਨਾ ਹੀ ਕਦੀ ਲੱਭਣੇ ਨੇ ਨਾ ਕਿਸੇ ਨੇ ਇਹਨਾਂ ਨੂੰ ਵੋਟ ਪਾਉਣੀ ਪਿਛਲੇ ਨਹੀਂ ਗੁਜਰਾਤ ਜਾਂਦੇ ਨੇ ਉਹ ਕਹਿੰਦੇ ਜਿਹੜਾ ਪੰਜਾਬ ਦੇ ਵਿੱਚ ਅਸੀਂ ਕੰਮ ਕੀਤਾ ਉਹ ਪਿਛਲੇ 70 ਸਾਲਾਂ ਦੇ ਵਿੱਚ ਨਹੀਂ ਕਰ ਸਕੇ ਜਿਹੜੇ ਅਸੀਂ ਕੁਝ ਮਹੀਨਿਆਂ ਦੇ ਵਿੱਚ ਕਰਤਾ ਆ ਬਿਲਕੁਲ ਕੁਝ ਮਹੀਨਿਆਂ ਵਿੱਚ ਅਜੇ ਤੱਕ ਕਿਸੇ ਨੇ ਬਾਹਰਲੇ ਸੂਬੇ ਵਿੱਚ ਜਾ ਕੇ ਪਕੌੜੇ ਨਹੀਂ ਸੀ ਤਲੇ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਤਲਾਇਆ ਜਾ ਕੇ ਤੁਸੀਂ ਸੋਚ ਸਕਦੇ ਕਿ ਐਗਰੀਕਲਚਰ ਮਿਨਿਸਟਰ ਪੰਜਾਬ ਦਾ ਜਾਏ ਅਤੇ ਗੁਜਰਾਤੀਆਂ ਨੂੰ ਸਾਹਮਣੇ ਪਕੌੜੇ ਤਲਣ ਦੀ ਜਾ ਸਿਖਾਏ ਕੋਈ ਗੱਲ ਚੱਜਦੀ ਕਰੇ ਕੋਈ ਇਹਨਾਂ ਦੀ ਕੀ ਕੋਈ ਇੱਕ ਚੀਜ਼ ਦੱਸੋ ਕਿਸੇ ਬੰਦੇ ਦੀ ਅੱਜ ਦਾ ਦਿਨ ਨਾ ਪੰਜਾਬ 'ਚ ਜ਼ਿੰਦਗੀ ਮਹਿਫੂਜ਼ ਨਾ ਕਿਸੇ ਦੀ ਜਾਇਦਾਦ ਮਹਿਫੂਜ਼ ਹੈ ਹਰ ਤੀਜਾ ਘਰ ਜਿਹੜਾ ਉਹਦਾ ਨੌਜਵਾਨ ਜਿਹੜਾ ਨਸ਼ੇ ਵਿੱਚ ਗ੍ਰਸਤ ਪਿਆ ਬਾਵਾਂ ਇਹਨਾਂ ਨੇ ਇਹਨਾਂ ਦੀ ਪੁਲਿਸ ਨੇ ਖੜੀਆਂ ਕਰ ਲਈਆਂ ਇਹਨਾਂ ਨੂੰ ਪਤਾ ਨਹੀਂ ਕਿ ਕਿਸ ਤਰ੍ਹਾਂ ਅਸੀਂ ਲਾਅ ਐਂਡ ਆਰਡਰ ਮੇਨਟੇਨ ਕਰਨਾ ਨਾ ਅਸੀਂ ਨਸ਼ਾ ਅਨਕੰਟਰੋਲੇਬਲ ਹੋ ਚੁੱਕਿਆ ਕੋਈ ਇਹਨਾਂ ਦਾ ਮਨਿਸਟਰ ਕਿਸੇ ਨੂੰ ਕੋਈ ਇੱਕ ਆਨੇ ਦਾ ਕੋਈ ਤਜਰਬਾ ਨਹੀਂ ਗੈਰ ਤਜਰਬੇਕਾਰ ਮੁੱਖ ਮੰਤਰੀ ਤੋਂ ਲੈ ਕੇ ਥੱਲੋਂ ਤੱਕ ਨੇ ਜੀ 2-2 ਮਹੀਨੇ ਜਿਹੜੇ ਜਿਹੜਾ ਮੁੱਖ ਮੰਤਰੀ ਅਤੇ ਕੈਬਨਿਟ ਮਿਨਿਸਟਰ ਅਤੇ ਜਿਹੜੇ MLA ਨੇ ਆਪਣਾ ਸੂਬਾ ਛੱਡ ਕੇ ਬਾਹਰਲੇ ਸੂਬਿਆਂ ਵਿੱਚ ਜਾ ਸਕਦੇ ਨੇ ਰੱਬ ਦੇ ਸਹਾਰੇ ਪੰਜਾਬ ਨੂੰ ਛੱਡ ਗਏ ਨੇ ਇਹਨਾਂ ਲੋਕਾਂ ਨੂੰ ਕੋਈ ਸੀਰੀਅਸਲੀ ਲਏਗਾ ਤੁਹਾਨੂੰ ਮੈਂ ਦੱਸਿਆ ਕਿ ਵਨ ਟਾਈਮ ਵੰਡਰ ਨੇ ਇੱਕ ਟਾਈਮ ਆਪ ਆਈ ਇਸ ਤੋਂ ਬਾਅਦ ਇਹ ਨਸਤੇ ਨਬੂਦ ਹੋ ਜਾਣਗੇ ਤੁਹਾਡੇ ਸਾਹਮਣੇ ਰਿਜ਼ਲਟ ਮੈਂ ਹਿਸਟੋਰਿਕ ਗੱਲ ਕਰਨਾ ਜਿਹੜਾ ਮੁੱਖ ਮੰਤਰੀ ਆਪਣੀ ਪਾਰਲੀਮੈਂਟ ਦੀ ਸੀਟ 3 ਮਹੀਨਿਆਂ 'ਚ ਹਾਰਦੇ ਜਿਸ ਸੀਟ ਤੋਂ 370,000 ਵੋਟ 'ਤੇ ਲੀਡ ਕੀਤਾ ਹੋਏ 3 ਮਹੀਨਿਆਂ ਬਾਅਦ ਸਿਮਰਨਜੀਤ ਸਿੰਘ ਮਾਨ ਦੇ ਹੱਥੀਂ ਆਪ ਆਦਮੀ ਦਾ ਕੈਂਡੀਡੇਟ ਹਾਰ ਜੇ ਇਸ ਤੋਂ ਵੱਡਾ ਹੋਰ ਫਤਵਾ ਕਿਹੜਾ ਹੋ ਸਕਦਾ ਇਹਨਾਂ ਦੇ ਫੇਲੀਅਰ ਦਾ ਜੀ ਆਉਂਦੀ ਪਾਰਲੀਮੈਂਟ 'ਚ ਤੁਸੀਂ ਵੇਖੋ ਅੱਜ ਤੁਸੀਂ ਮੈਨੂੰ ਇੰਟਰਵਿਊ ਕਰਕੇ ਚੱਲਿਓ ਪਾਰਲੀਮੈਂਟ ਸਾਲ ਸਵਾ ਸਾਲ ਨੂੰ ਪਾਰਲੀਮੈਂਟ ਤੁਸੀਂ ਫੇਰ ਆ ਜਿਓ ਗੁਰੂ ਮਹਾਰਾਜ ਸਾਹਿਬ ਨੇ ਜੇ ਉਮਰ ਬਖਸ਼ੀ ਤਾਂ ਤੁਸੀਂ ਵੀ ਇੱਥੇ ਹੋਣਾ ਤਾਂ ਮੈਂ ਵੀ ਇੱਥੇ ਹੋਣਾ ਮੇਰਾ ਅੱਜ ਦਾਅਵਾ ਕਿ ਸੰਗਰੂਰ ਦੀ ਪਾਰਲੀਮੈਂਟ ਸੀਟ ਤੋਂ ਇਲਾਵਾ ਜਿਹੜੀ ਇਹਨੇ ਹਾਰਨੀ ਹਾਰਨੀ ਹੈ ਹੋਰ ਕਿਸੇ ਪਾਰਲੀਮੈਂਟ ਸੀਟ 'ਤੇ 1 ਲੱਖ ਵੋਟ ਤੋਂ ਵੱਧ ਇਹਨਾਂ ਨੂੰ ਨਹੀਂ ਕਾਂਗਰਸ ਨੂੰ ਕਿੰਨੀ ਸੀਟ ਆ ਜਾਣੀ ਫਿਰ ਤੁਸੀਂ ਉਹ ਤੁਸੀਂ ਕਾਂਗਰਸ ਦੀਆਂ ਤਾਂ ਛੱਡੋ ਕਾਂਗਰਸ ਹੀ ਖੜੇਗੀ ਹੋਰ ਕਿੰਨੇ ਖੜਨੀ ਹੈ ਬਾਕੀ ਦੀਆਂ ਕਿੰਨੇ ਖੜਨੀ ਹੈ ਮੈਨੂੰ ਦੱਸੋ ਕੋਈ ਸ਼੍ਰੋਮਣੀ ਅਕਾਲੀ ਦਲ ਲੈ ਜਾਏਗਾ ਜੀ ਮੈਨੂੰ ਦੱਸੋ ਹੋਰ ਕਿੰਨੇ ਆਣੇ ਸ਼੍ਰੋਮਣੀ ਅਕਾਲੀ ਦਲ ਦੀਆਂ ਸੀਟਾਂ 3 ਨੇ ਭਾਜਪਾ ਦੀਆਂ 2 ਨੇ ਮੇਨ ਆਪੋਜੀਸ਼ਨ ਅਤੇ ਕਾਂਗਰਸ ਹੈ ਇਹਦਾ ਬੈਨੀਫਿਟ ਹੈ ਜਿੰਨਾ ਵੋਟ ਟੁੱਟਿਆ ਜਿਹੜਾ ਸ਼ਡਿਊਲ ਕਾਸਟ ਵੋਟ ਟੁੱਟਿਆ ਜਾਂ ਬੈਕਵਰਡ ਕਲਾਸਿਸ ਦਾ ਵੋਟ ਟੁੱਟਿਆ ਉਹ ਬੇਸਿਕਲੀ ਇੰਪਲੋਈਜ਼ ਦਾ ਵੋਟ ਟੁੱਟਿਆ ਕਾਂਗਰਸ ਦਾ ਵੋਟ ਹੀ ਸੀ ਜਿੱਦਣ ਆਪ ਨਸਤੇ ਨਬੂਦ ਹੋਏਗੀ ਵੋਟਰ ਵਾਪਸ ਕਾਂਗਰਸ 'ਚ ਆਏਗਾ ਇਹ ਤਾਂ ਨੈਚੁਰਲ ਸਾਡਾ ਵੋਟ ਬੈਂਕ ਗਿਆ ਹੋਰ ਤਾਂ ਕਿਸੇ ਦਾ ਗਿਆ ਕੋਈ ਨਹੀਂ